ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਯੂਐਸਏ ਦੇ ਵਿੱਚ ਇੱਕ ਜੱਜ ਨੇ ਹੁਣ ਰੂਲਿੰਗ ਦਿੱਤੀ ਆ ਭਈ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਦੇ ਕੋਲ ਵੀ ਰਾਈਟ ਹੈਗਾ ਗਨ ਰੱਖਣ ਦਾ। ਇਸ ਮਹੀਨੇ ਇਲੋਨਾਈ ਸਟੇਟ ਦੇ ਵਿੱਚ ਇੱਕ ਜੱਜ ਨੇ ਇੱਕ ਜੋ ਅਨਡਾਕੂਮੈਂਟਡ ਬੰਦਾ ਸੀ ਉਸਦੇ ਕੋਲ ਗਨ ਸੀ ਤੇ ਉਹਦਾ ਜਿਹੜਾ ਕੇਸ ਸੀ ਉਸ ਨੂੰ ਡਰੋਪ ਕਰ ਦਿੱਤਾ ਹੈਗਾ। ਯੂਐਸ ਡਿਸਟ੍ਰਿਕਟ ਕੋਰਟ ਦੇ ਜੱਜ ਸ਼ੈਰਨ ਕੋਲੇਮਨ ਜੋ ਨਾਰਥਨ ਡਿਸਟ੍ਰਿਕਟ ਆਫ ਇਲੋਨਾਈਸ ਤੇ ਆ ਉਹਨਾਂ ਨੇ ਲੋਅਰ ਕੋਰਟ ਦੀਆਂ ਜੋ ਰੂਲਿੰਗਸ ਆ ਉਹਨਾਂ ਨੂੰ ਰੈਫਰ ਕੀਤਾ। ਜੋ ਕੇਸ ਫਲੋਰਸ ਨਾਮ ਦਾ ਇਹ ਬੰਦਾ ਆ, ਹੈਰੀਵਾਲਟੋ ਫਲੋਰਸ, ਜਿਸ ਦੇ ਕੋਲ ਇਲੀਗਲੀ ਉਹ ਯੂਐਸਏ ਦੇ ਵਿੱਚ ਐਂਟਰ ਹੋਇਆ ਸੀ ਤੇ ਉਹਦੇ ਕੋਲ ਜਿਹੜੀ ਗਨ ਸੀਗੀ ਲਿਟਲ ਵਿਲੇਜ ਨੇਬਰਹੁੱਡ ਆਫ ਸ਼ਿਕਾਗੋ ਦੇ ਲਾਗੇ ਜੂਨ 1, 2020 ਨੂੰ ਉਹ ਅਰੈਸਟ ਹੋਇਆ ਸੀ। ਤੇ ਕੋਰਟ ਨੇ ਇਹ ਕਿਹਾ ਵੀ ਕਾਰਵਾਜਾਲ ਫਲੋਰਸ ਦੇ ਕੋਲ ਕ੍ਰਿਮੀਨਲ ਰੈਕਡ ਜ਼ਰੂਰ ਆ ਤੇ ਨੋ ਇਮਪ੍ਰੋਪਰ ਯੂਜ਼ ਆਫ ਵੈਪਨ ਤੇ ਨੋਨ ਵਾਇਲੈਂਟ ਸਰਕਮਸਟਾਂਸਿਸ ਉਹਦੀਆਂ ਜਿਹੜੀਆਂ ਅਰੈਸਟ ਦੀਆਂ ਹੈਗੀਆਂ ਆ ਉਹਦੇ ਨਾਲ ਉਹ ਲੋਕਾਂ ਦੀ ਪਬਲਿਕ ਸੇਫਟੀ ਦੇ ਲਈ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈਗਾ। ਸੋ ਇਹ ਜੋ ਜਿਹੜਾ ਕੇਸ ਆ ਇਹ ਹੁਣ ਪ੍ਰੈਜੀਡੈਂਟ ਵੀ ਸੈੱਟ ਕਰ ਸਕਦਾ ਵੀ ਹਰ ਇੱਕ ਬੰਦਾ ਜਿਹੜਾ ਗਨ ਰੱਖ ਸਕਦਾ, ਨੋ ਮੈਟਰ ਤੁਸੀਂ ਇੱਥੇ ਦੇ ਪਰਮਾਨੈਂਟ ਰੈਜੀਡੈਂਟ ਆ, ਸਿਟੀਜਨ ਆ ਜਾਂ ਵਰਕ ਪਰਮਿਟ ਆ ਤੁਹਾਡੇ ਕੋਲ, ਜੇ ਤੁਸੀਂ ਅਨਡਾਕੂਮੈਂਟਡ ਆ ਤਾਂ ਵੀ ਰੱਖ ਸਕਦੇ ਹੈਗੇ ਆ। ਸਰੋਤਿਆਂ ਨੂੰ ਇਹ ਵੀ ਦੱਸਦੀ ਜਾਈਏ ਜਿਹੜੇ ਯੂਐਸ ਡਿਸਟ੍ਰਿਕਟ ਕੋਰਟ ਦੇ ਜੱਜ ਸ਼ੈਰਨ ਕੋਲੇਮਨ ਆ ਇਹਨਾਂ ਨੂੰ ਪ੍ਰੈਜੀਡੈਂਟ ਬਰਾਕ ਓਬਾਮਾ ਹੋਣਾ ਨੇ ਅਪੁਆਇੰਟ ਕੀਤਾ ਸੀ ਜਦੋਂ ਉਹ ਪ੍ਰੈਜੀਡੈਂਟ ਸੀਗੇ।